ਪਰ ਉਹਦਾ ਮਤਲਬ ਇਹ ਥੋੜਾ ਆਵੇ ਏਦਾਂ ਵੇ ਏਦਾਂ ਵੇ ਤੇ ਮੈਂ ਤੈਨੂੰ ਬਣਾ ਕੇ ਦਿੰਦਾ ਨੀ ਤੁਸੀਂ ਪੀਣੀ ਚਾਹ ਹੁਣ ਪੀਣੀ ਨੀ ਹੋਣੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਹੋ ਗਈ ਆ ਜੀ 29 ਤਰੀਕ ਤੇ ਮੈਂ ਜਾ ਰਿਹਾ ਆਪਣੇ ਕੰਮ ਤੇ ਮੈਂ ਜਾ ਰਿਹਾ ਤੁਰ ਕੇ ਬਿਕੋਜ਼ ਯਾਰ ਹੁਣ ਮੈਨੂੰ ਆਪ ਨੂੰ ਵੀ ਲੱਗਣ ਲੱਗ ਗਿਆ ਸੀ ਕਿ ਵੇਟ ਜ਼ਿਆਦਾ ਵੱਧ ਗਿਆ ਇਸ ਲਈ ਜਾਂ ਸਾਈਕਲ ਤੇ ਜਾਂ ਤੁਰ ਕੇ ਕਮਿਟਮੈਂਟ ਤਾਂ ਮੈਂ ਆਪਣੇ ਆਪ ਨਾਲ ਇਹੀ ਕੀਤੀ ਹੈ ਕਿ ਹੁਣ ਮੈਂ ਨਾ ਤੁਰ ਕੇ ਜਾਇਆ ਕਰੂੰਗਾ ਜਾਂ ਸਾਈਕਲ ਤੇ ਜਾਇਆ ਕਰੂੰਗਾ ਬਾਈਕ ਤੇ ਜਾਂ ਸਕੂਟੀ ਤੇ ਜਾਣਾ ਅਵਾਇਡ ਕਰਨਾ ਹੁਣ ਆਪਾਂ ਤੇ ਅੱਜ ਦੀ ਸਿਚੁਏਸ਼ਨ ਯਾਰ ਧੁੱਪ ਬੜੀ ਆ ਤੇ ਗਰਮੀ ਘਟਣ ਦਾ ਨਾਮ ਨੀ ਲੈਂਦੀ ਆ ਬੂਟਾ ਦੇਖਿਆ ਕਿਸੇ ਨੇ ਅਸੀਂ ਨਾ ਇਹਨਾਂ ਨੂੰ ਫੌਜੀ ਕਹੀਦਾ ਹੁੰਦਾ ਜੀ ਅਸੀਂ ਇਹਨਾਂ ਨੂੰ ਫੌਜੀ ਕਹੀਦਾ ਜੀ ਇੱਥੇ ਅਸੀਂ ਅੱਖਾਂ ਲਾ ਦੀਆਂ ਏਦਾਂ ਮੂੰਹ ਜਿਹਾ ਬਣਾ ਕੇ ਟੋਪੀ ਜੀ ਬਣੀ ਆ ਨਾ ਤਾਂ ਇਹਨਾਂ ਨੂੰ ਫੌਜੀ ਕਹਿੰਦੇ ਹੁੰਦੇ ਬੂਟੇ ਨੂੰ ਤੇ ਆਪਾਂ ਗੱਲ ਕਰਦੇ ਸੀ ਯਾਰ ਗਰਮੀ ਬੜੀ ਆ ਅੱਜ ਉੱਤੋਂ ਮੈਂ ਕਾਲਰ ਵਾਲੀ ਟੀ ਸ਼ਰਟ ਪਾਈ ਆ ਤਾਂ ਹੋਰ ਗਰਮੀ ਲੱਗਦੀ ਬਾਕੀ ਕਦੇ ਤੁਰਿਆ ਨੀ ਨਾ ਹੁਣ ਇੰਨਾ ਤੇ ਔਖਾ ਜਿਹਾ ਤਾਂ ਲੱਗਣਾ ਹੀ ਆ ਤੁਰ ਕੇ ਜਾਣਾ ਚਲੋ ਕੋਈ ਨੀ ਕੁਛ ਪਾਉਣੇ ਲਈ ਕੁਛ ਕਰਨਾ ਤਾਂ ਪੈਂਦਾ ਹੀ ਆ ਕਿੱਦਾਂ ਵੇ ਠੀਕ ਆ ਕੀ ਕਿੱਥੋਂ ਆਇਆ ਪੱਠੇ ਲੈ ਕੇ ਅੱਛਾ ਕੰਮ ਹੈ ਆ ਬੰਦਾ ਮੈਂ ਰੋਜ਼ ਮਿਲਦਾ ਰਾਸਤੇ 'ਚ ਤੇ ਜਦੋਂ ਵੀ ਇਹਨੂੰ ਦੇਖੋ ਨਾ ਕੋਈ ਨਾ ਕੋਈ ਕੰਮ ਹੀ ਕਰਦਾ ਹੁੰਦਾ ਦਾਤੀਆਂ ਮਾਰਦੀ ਭਰਾਵਾ ਬੰਦਾ ਬੜਾ ਘੈਂਟ ਆ ਯਾਰ ਨਾਮ ਕੀ ਆ ਕਰਨ 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 ਨਾਮ ਹੈ ਪੜਦਾ ਪੜਦਾ ਵੀ ਹੈ ਪੜਨਾ ਆ ਅੱਛਾ ਪੜਨਾ ਹਨੇਲਾ ਮੁੰਡਾ ਮਤਲਬ ਜਦੋਂ ਵੀ ਮੈਨੂੰ ਦੇਖਦਾ ਨਾ ਇਹ ਕੰਮ ਹੀ ਕਰਦਾ ਹੁੰਦਾ ਚੱਲ ਠੀਕ ਆ ਬਾਏ 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 ਯਾਰ ਹੁਣ ਨਾ ਕਿੰਨੇ ਜਾਣੇ ਲੰਘੇ ਆ ਤੇ ਜਿੱਦਾਂ ਪਿੰਡ ਦੇ ਪਿੰਡ ਵਾਲਿਆਂ ਨੂੰ ਜਾਣਦੇ ਹੁੰਦੇ ਆ ਰੁਕਦੇ ਕਹਿੰਦੇ ਜਾਣਾ ਭਾਜੀ ਬਹਿ ਜਾਓ ਮੈਂ ਕਿਹਾ ਨਹੀਂ ਨਹੀਂ ਭਾਜੀ ਮੈਂ ਜਾਣ ਕੇ ਤੁਰ ਕੇ ਤੁਰਿਆ ਆ ਤੇ ਇੱਕ ਮੈਂ ਗੱਲ ਕਹਿੰਦਾ ਯਾਰ ਵੈਸੇ ਹੀ ਆ ਹੇਟ ਨਹੀਂ ਕੋਈ ਵੈਸੇ ਗੱਲ ਕਰਦਾ ਮੈਨੂੰ ਕਈ ਜਣੇ ਪੁੱਛਦੇ ਯਾਰ ਕਿੰਨੇ ਪੈਸੇ ਆਉਣ ਲੱਗ ਪਏ ਤੈਨੂੰ ਕਿੰਨੇ ਪੈਸੇ ਆਉਣ ਲੱਗ ਗੱਡੀ ਲੰਘ ਲੈਂਦੀ ਆ ਪੁੱਛਦੇ ਆ ਕਿ ਤੈਨੂੰ ਕਿੰਨੇ ਪੈਸੇ ਆਉਣ ਲੱਗ ਗਏ ਯਾਰ ਪਤਾ ਕੀ ਜੇ ਮੈਂ ਯੂਟਿਊਬ ਤੇ ਵਲੌਗ ਵੀ ਪਾਉਂਦਾ ਨਾ ਤਾਂ ਮੈਂ ਪੈਸਿਆਂ ਨੂੰ ਮੁੱਖ ਰੱਖ ਕੇ ਨਹੀਂ ਪਾਉਂਦਾ ਮੈਨੂੰ ਚੰਗਾ ਲੱਗਦਾ ਯਾਰ ਮੈਨੂੰ ਵਧੀਆ ਲੱਗਦਾ ਮੈਂ ਤਾਂ ਪਾਉਣਾ ਮੈਨੂੰ ਵਧੀਆ ਲੱਗਦਾ ਮੈਂ ਤਾਂ ਵਲੌਗ ਪਾਉਣਾ ਹਨਾ ਪੈਸਿਆਂ ਦਾ ਇੱਦਾਂ ਯਾਰ ਪੈਸੇ ਤਾਂ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ ਬਾਕੀ ਜਿਹੜਾ ਆਪਣਾ ਸ਼ੌਂਕ ਹੁੰਦਾ ਨਾ ਜੋ ਚੀਜ਼ ਕਰਨ ਨੂੰ ਆਪਾਂ ਨੂੰ ਮਜ਼ਾ ਆਉਂਦਾ ਕਿਸੇ ਦੀ ਸੁਣੋ ਨਾ ਯਾਰ ਜ਼ਰੂਰ ਕਰੋ ਅਤੇ ਮੈਂ ਉਹੀ ਕਰਦਾ ਬਾਕੀ ਇੱਕ ਗੱਲ ਮੈਨੂੰ ਵੀ ਪਤਾ ਯਾਰ ਕਿ ਜਦੋਂ ਅਸੀਂ ਕੋਈ ਵਲੌਗ ਪਾਉਂਦੇ ਹਾਂ ਨਾ ਤਾਂ ਉਹਦੇ ਵਿੱਚ ਡਿਸਟਰਬੈਂਸ ਬਹੁਤ ਹੁੰਦੀ ਹੈ ਮੈਨੂੰ ਪਤਾ ਮਤਲਬ ਕਿ ਹਵਾ ਦੀ ਆਵਾਜ਼ ਆਈ ਜਾਂਦੀ ਆ ਅਤੇ ਪਿੱਛੇ ਜੋ ਵੀ ਰੌਲਾ ਪੈਂਦਾ ਉਹਦੀ ਆਵਾਜ਼ ਆ ਜਾਂਦੀ ਆ ਯਾਰ ਉਹ ਵੀ ਆਪਾਂ ਜਲਦੀ ਸੌਟ ਆਊਟ ਕਰ ਲੈਣਾ ਮੈਂ ਐਕਚੁਅਲੀ ਸੋਚਦਾ ਮੈਂ ਇੱਕ ਮਾਈਕ ਅਤੇ ਗਿੰਬਲ ਜਾਂ ਹੁਣ ਟਰਾਈਪੋਡ ਲੈਣ ਲਈ ਫਿਰ ਆਪਣਾ ਵਧੀਆ ਹੋ ਜਾਊਗਾ ਵਲੌਗ ਅਤੇ ਆਵਾਜ਼ ਵੀ ਵਧੀਆ ਆਊਗੀ ਅਤੇ ਇੱਕ ਆ ਵਾਈਡ ਐਂਗਲ ਕੈਮਰੇ ਨਾਲ ਬਣਾਉਣਾ ਪੈਂਦਾ ਉਹਦੇ ਕਰਕੇ ਕੁਆਲਿਟੀ ਥੋੜ੍ਹੀ ਜਿਹੀ ਘੱਟ ਜਾਂਦੀ ਆ ਅਤੇ ਆਪਣੀ ਉਹ ਵੀ ਪ੍ਰੋਬਲਮ ਫਿਰ ਟਰਾਈਪੋਡ ਨਾਲ ਸੋਲਵ ਹੋ ਜਾਣੀ ਆ ਉਹ ਵੀ ਆਪਾਂ ਜਲਦੀ ਕਰਦੇ ਹਾਂ ਯਾਰ ਅਤੇ ਬਾਕੀ ਯਾਰ ਬਹੁਤ ਜਾਣੇ ਮੈਨੂੰ ਪੁੱਛਦੇ ਕੀ ਕੰਮ ਕਰਦਾ ਅੱਜ ਭੇਦ ਖੋਲ ਹੀ ਦਿੰਦੇ ਹਾਂ ਜਿੱਦਾਂ ਆੜਤੀਆਂ ਤੋਂ ਬਾਅਦ ਮੁਨੀਮ ਹੁੰਦੇ ਆ ਨਾ ਉਹ ਲਿਖਾ ਪੜ੍ਹੀ ਦਾ ਕੰਮ ਕਰਦੇ ਹੁੰਦੇ ਸੀ ਕੰਮ ਮੇਰਾ ਵੀ ਉਹੀ ਆ ਪਰ ਮੇਰਾ ਕੰਮ ਹੈਗਾ ਔਨਲਾਈਨ ਹੋਰ ਅੰਗਲੀ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਭਾਅ ਜੀ ਚਲੋ ਹੋਰ ਮੈਨੂੰ ਯਾਰ ਬਿੱਤੇ ਅੰਕਲ ਜੀ ਦਾ ਫੋਨ ਆ ਗਿਆ ਸੀਗਾ ਮੈਂ ਫਿਰ ਇੱਥੇ ਪਹੁੰਚ ਵੀ ਗਿਆ ਸੀਗਾ ਤੇ ਤਾਂ ਕਰਕੇ ਨਾ ਫਿਰ ਵੀਡੀਓ ਬਣੀ ਨਹੀਂ ਐਕਚੁਅਲੀ ਜਿੱਥੇ ਮੈਂ ਲੱਗਾ ਹੋਇਆ ਅੰਕਲ ਇੰਨੇ ਨਾਈਸ ਆ ਨਾ ਬਹੁਤ ਬਹੁਤ ਮਤਲਬ ਮੈਨੂੰ ਇੱਦਾਂ ਕਦੇ ਫੀਲ ਨਹੀਂ ਹੁੰਦਾ ਕਿ ਮੈਂ ਇੱਥੇ ਇੰਪਲੋਈ ਹਾਂ ਹੈ ਨਾ ਜਾਂ ਉਹ ਮੈਨੂੰ ਇੱਦਾਂ ਫੀਲ ਵੀ ਨਹੀਂ ਕਰਾਉਂਦੇ ਹਮੇਸ਼ਾ ਪਤ ਪਤ ਗਿਆ ਕਿ ਉਹ ਗੱਲ ਕਰਦੇ ਬੜੇ ਨਾਈਸ ਆ ਅਤੇ ਇਹ ਮੈਂ ਝੂਠੀ ਤਰੀਫ ਨਹੀਂ ਕਰਦਾ ਅੰਕਲ ਦੀ ਪਿੱਠ ਸੁਣਦੀ ਆ ਬੜੇ ਨਾਈਸ ਆ ਯਾਰ ਇੱਥੇ ਜਿੰਨੇ ਵੀ ਵਰਕਰ ਜੇ ਨਾ ਅੰਕਲਾਂ ਦਾ ਪੰਪ ਆ ਇੱਥੇ ਇੱਥੇ ਅੰਕਲ ਹੁਣੇ ਆਫਿਸ ਬਣਾਇਆ ਹੋਇਆ ਅੰਦਰ ਮਤਲਬ ਜਿਹੜੇ ਇੱਥੇ ਵਰਕਰ ਵੀ ਕੰਮ ਕਰਦੇ ਨਾ ਬਾਹਰ ਉਹ ਵੀ ਕਹਿੰਦੇ ਆ ਕਿ ਯਾਰ ਇੱਦਾਂ ਦਾ ਮਾਲਕ ਅਸੀਂ ਦੇਖਿਆ ਨਹੀਂ ਵਾਕਈ ਯਾਰ ਮਤਲਬ ਬੰਦਾ ਇੰਨਾ ਅਮੀਰ ਹੋਵੇ ਅਤੇ ਉਹ ਉੱਦਾਂ ਵੀ ਇੰਨਾ ਡਾਊਨ ਟੂ ਅਰਥ ਹੋਵੇ ਨਾ ਮੈਂ ਦੇਖਿਆ ਨਹੀਂ ਸੀ ਅਤੇ ਮੈਂ ਜਦੋਂ ਵੀ ਜੇ ਕਿਤੇ ਜਾਣਾ ਵੀ ਹੋਵੇ ਮੈਨੂੰ ਕਦੇ ਰੋਕਦੇ ਨਹੀਂ ਮੈਂ ਬਸ ਦੱਸਣਾ ਹੀ ਹੁੰਦਾ ਅੰਕਲ ਜੀ ਮੈਂ ਜਾਵਾਂ ਮੈਂ ਜਾਣਾ ਹੈ ਅੰਕਲ ਜਾ ਕੋਈ ਚੱਕਰ ਨਹੀਂ ਜਾ ਪੁੱਤਰਾ ਐਂ ਗੱਲ ਕਰਦੇ ਆ ਮੈਨੂੰ ਕਈ ਪੁੱਛਦੇ ਨੇ ਕਿ ਪੈਸੇ ਕਿੰਨੇ ਦਿੰਦੇ ਮੈਨੂੰ ਪੈਸਿਆਂ ਦਾ ਮੈਟਰ ਨਹੀਂ ਹੈਗਾ ਯਾਰ ਜ਼ਿੰਦਗੀ ਦੇ ਵਿੱਚ ਨਾ ਪੈਸੇ ਭਾਵੇਂ ਘੱਟ ਕਮਾਓ ਪਰ ਬੰਦੇ ਖਰੇ ਕਮਾਓ ਮੇਰਾ ਤਾਂ ਇਹੀ ਮੰਨਣਾ ਪੈਸਿਆਂ ਦਾ ਕੀ ਯਾਰ ਪੈਸੇ ਅੱਜ ਮਿਲੇ ਆ ਕੱਲ੍ਹ ਨੂੰ ਖਤਮ ਆ ਸੋ ਮੈਂ ਹੁਣੇ ਹੁਣੇ ਹੋਇਆ ਯਾਰ ਫ੍ਰੀ ਅਤੇ ਭੁੱਖ ਬੜੀ ਲੱਗ ਗਈ ਹੁਣ ਮੈਂ ਚੱਲਾਂ ਘਰ ਨੂੰ ਕੁਛ ਖਾ ਕੇ ਆਉਂਦੇ ਯਾਰ ਸੱਚੀ ਵਾਲੀ ਭੁੱਖ ਲੱਗੀ ਅੱਜ ਇੰਨਾ ਬਿਜ਼ੀ ਸੀ ਨਾ ਮੈਂ ਪਾਣੀ ਪੀਣ ਦਾ ਵੀ ਵੇਲ ਨਹੀਂ ਲੱਗਿਆ ਪਾਣੀ ਵੀ ਮੈਂ ਹੁਣੇ ਉੱਠ ਕੇ ਪੀਤਾ
ਤੇ ਫਿਰ ਮੈਂ ਕਿਹਾ ਚਲੋ ਕੁਛ ਖਾ ਕੇ ਆਉਂਦੇ ਹਾਂ। ਗਰਮੀ ਯਾਰ ਫਿਰ ਉੱਦਾਂ ਹੀ ਹੋ ਗਈ ਆ, ਇੰਨਾ ਮੀਂਹ ਪਿਆ ਨਾ ਥੋੜੇ ਦਿਨ ਹੋਏ ਆ, ਪਰ ਕੋਈ ਫਰਕ ਨਹੀਂ ਪਿਆ ਹੈਗਾ। ਚਲੋ ਘਰੇ ਪਹੁੰਚਦੇ ਜਲਦੀ ਜਲਦੀ, ਇੱਕ ਧੁੱਪ ਬੜੀ ਆ ਯਾਰ, ਅਸੀਂ ਕੁਛ ਖਾ ਕਰਾਉਂਦੇ ਹਾਂ। ਚਲੋ ਇਟਸ ਨਾਈਸ ਬ੍ਰੋ, ਈਜ਼ੀ ਨਹੀਂ ਹੈਗਾ ਯਾਰ, ਬੜੀ ਧੁੱਪ ਆ ਤੇ ਧੁੱਪ ਚੁੱਭਦੀ ਬਹੁਤ ਆ। ਮੈਂ ਉਹ ਜਾਣਾ ਕਾਫੀ ਬਾਟ ਆ ਉੱਦਾਂ। ਮੈਂ ਨਾ ਬੈਂਕ ਆਇਆ ਸੀਗਾ ਤੇ ਇਹ ਪੰਜਾਬ ਨੈਸ਼ਨਲ ਬੈਂਕ ਆ, ਇਹਦੀ ਰੈਨੋਵੇਸ਼ਨ ਹੋਈ ਆ, ਸਾਰਾ ਨਵਾਂ ਬਣਿਆ ਜਿੰਨਾ ਵੀ ਹੈਗਾ ਨਾ। ਤੇ ਲੋਕਾਂ ਨੇ ਦੇਖੋ ਕੀ ਕੀਤਾ, ਮਤਲਬ ਗੁੱਠਾ ਲਾ ਕੇ ਉੱਥੇ ਹੀ ਹਿਸਾਬ ਕੀਤਾ ਹੋਇਆ ਯਾਰ, ਆਪਣੇ ਉੱਥੇ ਕਦੇ ਸਮਝ ਨਹੀਂ ਸਕਦੇ। ਮੈਂ ਆਇਆ ਸੀ ਘਰੇ ਰੋਟੀ ਖਾਣ। ਸਾਹਿਬ ਨਾ ਮੈਨੂੰ ਇੱਧਰ ਨੂੰ ਕਰ ਦਿੰਦਾ, ਸਾਹਿਬ ਨਾ ਮੈਨੂੰ ਪਰਸੋਂ ਦੀ ਕਹੀ ਜਾਂਦੀ ਅੰਮ੍ਰਿਤ ਪੈਸੇ ਘੱਟ ਗਏ ਐਚ ਡੀ ਐਫ ਸੀ ਬੈਂਕ ਚੋਂ, ਅੰਮ੍ਰਿਤ ਪੈਸੇ ਘਟੀ ਜਾਂਦੇ ਐਚ ਡੀ ਐਫ ਸੀ ਬੈਂਕ ਚੋਂ। ਮੇਰਾ ਹੁਣ ਟਾਈਮ ਲੱਗਾ, ਮੈਂ ਕਿਹਾ ਚੱਲ ਦੇਖਦੇ ਹਾਂ। ਮੈਂ ਬੈਂਕ ਫੋਨ ਕੀਤਾ, ਉਹ ਕਹਿੰਦਾ ਸਰ ਘਟੇ ਨੀ ਗੇ, ਤੁਹਾਡੇ 5,00,000+ ਰੁਪਏ ਪੈਸੇ ਵਧੇ ਆ। ਮਤਲਬ ਪਹਿਲਾ ਇਨਸਾਨ ਇੱਦਾਂ ਦਾ ਹੈ ਜਿਹੜਾ ਵਧੇ ਤੇ ਕਹਿੰਦਾ ਘੱਟ ਗਏ ਆ। ਮੈਂ ਵੀ ਟੈਨਸ਼ਨ ਚ, ਮੈਂ ਜਦੋਂ ਉਹਨੇ ਮੈਨੂੰ ਦੱਸਿਆ ਕਹਿੰਦਾ ਸਰ ਘਟੇ ਨੀ ਵਧੇ ਆ, ਮੈਨੂੰ ਬੜਾ, ਮੈਂ ਬੜਾ ਇੰਬੈਰਸ ਹੋਇਆ। ਮੈਂ ਕਿਹਾ ਚਲੋ ਕੋਈ ਨੀ ਭਾਜੀ, ਮੈਨੂੰ ਭੁਲੇਖਾ ਲੱਗ ਗਿਆ। ਇੰਬੈਰਸ ਕਿਆ, ਆਪਣਾ ਵੀ ਦੱਸੋ ਤਾਂ। ਮੈਂ ਤਾਂ ਹੁਣ ਜੋ ਸਾਹਿਬ ਨੇ ਕਿਹਾ ਮੈਂ ਤਾਂ ਯਕੀਨ ਕਰਨਾ ਹੀ ਸੀਗਾ। ਮੈਂ ਕਿਹਾ ਠੀਕ ਆ ਘਟੇ ਹੋਣੇ ਆ, ਮੈਂ ਉਹਨੂੰ ਫੋਨ ਕਰ ਬੈਠਾ ਤੇ ਆਹ ਦੇਖ ਲੋ ਇਹਦਾ ਕੋਲਾ ਦਿਮਾਗ। ਮੈਂ ਤਾਂ ਹੀ ਕਹਿੰਦਾ ਉਹਨਾਂ ਉਹ ਨਾ ਝੂਠ, ਮੈਂ ਕਿਉਂ ਬੋਲਣਾ, ਸੱਚ ਤੁਸੀਂ ਦੱਸ ਦੋ। ਲੋ ਮੈਂ ਤਾਂ ਮੈਂ ਘਰੇ ਆਇਆ। ਮੈਂ ਸਾਹਿਬ ਨੂੰ ਕਿਹਾ, ਮੈਂ ਕਿਹਾ ਸਾਹਿਬ ਮੈਂ ਜਾਵਾਂ ਫਿਰ, ਤੇ ਪਹਿਲਾਂ ਮੈਂ ਕਿਹਾ ਚੱਲ ਜੇ ਸ਼ਹਿਰ ਨੂੰ ਜਾਣਾ ਜਾਂਦੇ ਆ ਸਾਹਿਬ। ਭਰਾਵਾ ਉੱਦਾਂ ਹੀ ਸਾਹਿਬ ਮੈਨੂੰ ਕਹੀ ਜਾਂਦੀ ਹੈ ਕਿ ਮੈਂ ਚਾਹਦਾ ਪੁੱਛਿਆ, ਚੱਲ ਪੁੱਛਿਆ ਹੋਊਗਾ ਮੈਨੂੰ, ਮੇਰੇ ਧਿਆਨ ਚ ਨੀ ਹੋਊਗਾ, ਪਰ ਉਹਦਾ ਵੱਲ ਵੇ ਥੋੜਾ ਆਵੇ, ਏਦਾਂ ਵੇ ਏਦਾਂ ਵੇ, ਤੇ ਮੈਂ ਤੈਨੂੰ ਬਣਾ ਕੇ ਦਿੰਦਾ ਨੀ। ਤੁਸੀਂ ਪੀਣੀ ਚਾਹ, ਹੁਣ ਪੀਣੀ ਨੀ ਹੋਣੀ, ਨਹੀਂ ਨਹੀਂ ਪੀਣੀ। ਹਾਂਜੀ ਯਾਰ ਸਾਹਿਬ, ਮੈਂ ਬਣਾ ਕੇ ਦੇਣੀ ਆ। ਤੁਸੀਂ ਕਿੱਦਾਂ ਕਹਿੰਦੇ ਹੋ ਵੇ ਯਾਰ, ਔਖਾ ਦੇ ਲੋ, ਔਖਾ ਆ। ਤੁਸੀਂ ਮੈਨੂੰ ਕਹਿੰਦੇ ਤੈਨੂੰ ਬਣਾਉਣੀ ਚਾਹੀਦੀ ਆ। ਮੈਂ ਇੱਦਾਂ ਨੀ ਕਿਹਾ, ਨਾ ਆ ਵੀਡੀਓ ਬਣਦੀ ਆ, ਵੀਡੀਓ ਵੀਡੀਓ ਬਣਦੀ ਆ। ਮੈਂ ਕਿਹਾ ਦੇਖ ਲੋ ਸਾਹਿਬ, ਤੁਹਾਨੂੰ ਸਗੋਂ ਮੈਂ ਆਇਆ, ਮੈਨੂੰ ਪਹਿਲਾਂ ਪੁੱਛਣੀ ਚਾਹੀਦੀ ਸੀ। ਸਾਈਕਲ ਚਲਾ ਕੇ ਨੀ, ਤੁਰ ਕੇ। ਉਹ ਯਾਰ ਇਟਸ ਨੋਟ ਅਬਾਊਟ ਗੁੱਸੇ ਕਰਨ ਵਾਲੀ ਗੱਲ। ਓਕੇ, ਉਹ ਦੇਖ ਉਂਗਲੀ ਉਂਗਲੀ ਕਦੇ ਏਦਾਂ ਨੀ ਕਰੀ ਹੁੰਦੀ, ਜਦੋਂ ਆਪਾਂ ਕਿਸੇ ਵੱਲ ਉਂਗਲੀ ਕਰਦੇ ਨਾ ਤਾਂ ਤਿੰਨ ਉਂਗਲੀਆਂ ਆਪਣੇ ਵੱਲ ਵੀ ਹੋਈਆਂ ਹੁੰਦੀਆਂ। ਇੱਕ ਮਿੰਟ ਬੋਲੋ, ਜਰੂਰ ਬੋਲੋ, ਆ ਜਿਹੜਾ ਕੈਮਰਾ ਈ ਨਾ ਇਹਦੇ ਵਿੱਚ ਦੇਖ ਕੇ ਬੋਲੋ, ਇੱਦਾਂ ਤੁਸੀਂ ਟੀਰੇ ਦੇ ਲੱਗਦੇ ਆ। ਹੁਣ ਚਾਹ ਪੀਣੀ? ਆਪੇ ਪੀ ਲੈਣੀ। ਨਹੀਂ ਨਹੀਂ ਨਹੀਂ, ਜੇ ਮੈਂ ਚਾਹ ਬਣਾਈ ਨਾ ਆਪਣੀ ਮਰਜ਼ੀ ਨਾਲ, ਤਾਂ ਕਿਹਨੇ ਭਾਂਡੇ ਖੋਲੇ? ਆ ਵੀ ਆਉਂਦੇ ਮੇਰੇ ਨਾਲ ਸੋ ਗਏ ਕਹਿੰਦੇ ਵੀ ਜੇ ਮੈਂ ਮਾਰ ਲੈਣੇ ਭਾਂਡੇ। ਯਾਰ ਦੇਖ ਜਿਹੜਾ, ਇੱਕ ਮਿੰਟ ਮੇਰੀ ਗੱਲ ਸੁਣ, ਚਾਹ ਪੀ। ਚਾਹ ਪੀਣੀ ਆ, ਸਾਰੀ ਆਰਗੂਮੈਂਟ ਦਾ ਇਹੀ ਮਤਲਬ ਸੀ ਵੀ ਚਾਹ ਪੀਣੀ ਆ। ਤੇਰੇ ਹੀ ਦੁਖਣ ਲੱਗ ਪਿਆ। ਚਲੋ ਯਾਰ ਚਾਹ ਹੁਣ ਪੀਨੇ ਆ, ਬਣਾ ਕੇ ਪੀਣੀ ਨੀ ਤੁਸੀਂ? ਪੱਕੀ ਗੱਲ ਆ, ਜੇ ਮੈਂ ਲਿਆ ਗਿਆ ਤੇ ਰਾਤੀ ਵਧੀਆ ਜੀ ਬਣਾ ਕੇ ਪੀਣੀ ਨੀ? ਨਹੀਂ ਪੱਕੀ ਗੱਲ ਆ, ਨਹੀਂ ਪੀਣੀ ਹੁਣ, ਅੱਧਾ ਕੁ ਮਿੰਟ ਪਹਿਲਾਂ ਤਾਂ ਕਿਹਾ ਸੀ ਪੀਣੀ ਆ, ਪੀ ਲੈਣੀ ਆ। ਚੱਲ ਮੈਂ ਚਾਹ ਬਣਾਈ ਯਾਰ, ਫੇਰ ਦਿਖਾਣੇ ਆ, ਦੇਖ ਲੋ ਇੱਕ ਕਾਤੇ ਚੱਜ ਦੀ ਨੂੰ ਚੱਜ ਦੀ ਆ।
ਬੀਬੀ ਦੀ ਵੀਡੀਓ ਨੂੰ ਸਭ ਤੋਂ ਜਿਆਦਾ ਲਾਈਕ ਆਏ। ਬੀਬੀ ਕਹਿੰਦੀ ਮੈਂ ਚੱਜ ਦੀ ਨਹੀਂ ਇੰਸਟਾਗ੍ਰਾਮ ਤੇ, ਹੁਣੇ ਦਿਖਾਉਣਾ ਹੁਣੇ ਦਿਖਾਉਣਾ। ਮੈਂ ਚੱਲਾਂ ਯਾਰ ਵਾਪਸ, ਐਕਚੁਲੀ ਨਾ ਮੈਂ ਉੱਥੇ ਆਪਣਾ ਭੁੱਲ ਗਿਆ ਲੈਪਟਾਪ, ਐਕਚੁਲੀ ਭੁੱਲਿਆ ਨਹੀਂ ਸੀਗਾ, ਮੈਂ ਰੋਟੀ ਖਾਣ ਲਈ ਘਰ ਆਇਆ ਸੀਗਾ ਤੇ ਕੰਮ ਉੱਥੇ ਸੀਗਾ ਨਹੀਂ, ਫਿਰ ਮੈਂ ਗਿਆ ਹੀ ਨਹੀਂ। ਹੁਣ ਫਿਰ ਅਸੀਂ ਜਾਣਾ ਸ਼ਹਿਰ ਨੂੰ, ਮੈਂ ਤੁਹਾਨੂੰ ਪਹਿਲਾਂ ਯਾਰ ਲੈਪਟਾਪ ਲੈ ਕੇ ਆਵਾਂ। ਨਾਉ ਆਮ ਗੋਇੰਗ, ਲੈਪਟਾਪ ਲੈ ਆਈਏ ਯਾਰ। ਚਲੋ ਯਾਰ ਇੱਥੇ ਬੈਠੀਏ, 4:30 ਹੋ ਗਏ, 5 ਵਜੇ ਤੱਕ ਬਸ ਆਪਾਂ ਹੋਈਦਾ ਇੱਥੇ ਤੇ ਫਿਰ 5 ਵਜੇ ਤੋਂ ਬਾਅਦ ਛੁੱਟੀ। ਬਸ ਥੋੜ੍ਹਾ ਟਾਈਮ ਰਹਿ ਗਿਆ, ਮੈਂ ਤਾਂ ਥੋੜ੍ਹੀ ਦੇਰ ਬੈਠ ਜਾਂਦੇ ਹਾਂ ਫਿਰ ਨਾਲੇ ਆਪਾਂ ਉਹਨਾਂ ਨੂੰ ਲੈਪਟਾਪ ਲੈ ਕੇ ਚੱਲਦੇ ਹਾਂ ਯਾਰ। ਹੁਣ ਕਿਸੇ ਨੇ ਉੱਦਾਂ ਵੀ ਆਉਣਾ ਨਹੀਂ ਹੈਗਾ, ਜਿੰਨੇ ਵੀ ਸੀਗੇ ਲਗਭਗ ਕਰਵਾ ਗਏ ਸਾਰੇ। ਫਾਈਨਲੀ ਮਿੱਤਰੋ ਛੁੱਟੀ ਆਪਾਂ ਕਰ ਲਈ ਯਾਰ, ਅੰਕਲ ਆ ਗਏ ਸੀ ਇੱਕ, ਉਹਨਾਂ ਦਾ ਫਿਰ ਮੈਂ ਕਿਹਾ ਕਰ ਹੀ ਦਿੰਦੇ ਐਵੇਂ, ਕਾਹਨੂੰ ਗੇੜਾ ਪਾਉਣਾ। ਬਾਕੀ ਹੁਣ ਮੈਂ ਘਰ ਨੂੰ ਚੱਲਾਂ ਯਾਰ, ਅਸੀਂ ਸ਼ਹਿਰ ਜਾਣਾ। ਅਭੀ ਹਮ ਘਰ ਆ ਚੁੱਕੇ ਹੈ ਔਰ ਰਾਤ ਹੋ ਚੁੱਕੀ ਹੈ, ਵਲੌਗ ਹਮਾਰਾ ਐਂਡ ਹੋਣੇ ਵਾਲਾ ਹੈ, ਵਲੌਗ ਸਾਡਾ ਐਂਡ ਹੋਣੇ ਵਾਲਾ। ਅਤੇ ਅੱਜ ਮੱਕੀ ਦੀ ਰੋਟੀ ਮੈਂ ਕਣਕ ਦੀ ਖਾਂਦੀ ਹਾਂ ਜੀ, ਮੈਂ ਅੱਗੇ ਇੱਦਾਂ ਕਹਿਣਾ ਕੁਛ ਹੋਰ ਹਾਂਜੀ। ਦੇਖ ਹੁਣ ਪਹਿਲਾਂ ਮੈਂ ਜਦੋਂ ਪੁੱਛਿਆ ਸੀ ਤੂੰ ਕਿਹਾ ਸੀ ਕਿ ਮੱਕੀ ਦੀ ਖਾ ਲੂੰਗਾ ਹਾਂਜੀ, ਐਂਟੀ ਹੁਣੇ ਕਰਦੀ ਹੈ ਠਹਿਰ ਕੇ, ਖਾਣਾ ਖਾਣ ਤੋਂ ਬਾਅਦ ਕਰਾਂਗੇ ਨਾ, ਫਿਰ ਜੇ ਕੋਈ ਗੱਲ ਹੋਈ ਉਦੋਂ ਕਰਾਂਗੇ ਹਾਂਜੀ। ਤੇ ਹੁਣ 11 ਵੱਜ ਗਏ ਆ ਤੇ ਅਸੀਂ ਕਰਨ ਲੱਗੇ ਆ ਵਲੌਗ ਦੀ ਐਂਡਿੰਗ। ਪਹਿਲਾਂ ਆਪਾਂ ਬਿਜ਼ੀ ਰਹੇ, ਫਿਰ ਬਿਜ਼ੀ ਇੱਦਾਂ ਰਹੇ ਕਿ ਪਹਿਲਾਂ ਆਪਾਂ ਪ੍ਰਸ਼ਾਦਾ ਛਕਣ ਲੱਗ ਗਏ, ਮੱਕੀ ਦੀ ਰੋਟੀ ਅੱਜ ਆਪਾਂ ਖਾਧੀ, ਸਾਹਿਬ ਨੇ ਸਬਜ਼ੀ ਬਹੁਤ ਸਵਾਦ ਬਣਾਈ ਸੀ। ਹੁਣ ਚਾਹ ਪੀਣ ਲੱਗੇ ਸੀਗੇ, ਅਸੀਂ ਚਾਹ ਰੱਖੀ ਹੋਈ ਆ ਤੇ ਮੈਂ ਸੋਚਿਆ ਚਲੋ ਠੀਕ ਆ ਵਲੌਗ ਦੀ ਐਂਡਿੰਗ ਕਰ ਦਿੰਦੇ ਹਾਂ ਆਪਾਂ। ਬਾਕੀ ਆਪਾਂ ਉੱਧਰ ਬੈਠੇ ਸੀ, ਮੰਮੀ ਹੁਣਾਂ ਕੋਲ ਬੈਠੇ ਇਸ ਲਈ ਸੀ ਕਿਉਂਕਿ ਤਿਆਰੀ ਆਪਣੀ ਫੁੱਲ ਆ ਤੇ ਲੱਗਦਾ 6 ਤਰੀਕ ਨੂੰ ਉਹਨੂੰ ਸ਼ਗਨ ਪੈਣਾ। ਫਿਰ ਆਪਾਂ ਤੁਹਾਨੂੰ ਆਪਣੇ ਮਾਮੇ ਦਾ ਸਾਰਾ ਵਿਆਹ ਦਿਖਾਵਾਂਗੇ, ਟੋਟਲ ਜੋ ਵੀ ਜਾਗੋ ਡੀਜੇ ਜੇ ਕੁਛ ਹੋਇਆ ਨਾ ਏਦਾਂ ਦਾ ਸਾਰਾ ਆਪਾਂ ਕਵਰ ਕਰ ਲੈਣਾ। ਉਦੋਂ ਦੇਖਣ ਵਾਲੇ ਕਹਿੰਦੇ ਨੇ ਯਾਰ ਆਹ ਕਿੱਦਾਂ ਸਾਫ ਕਿਤਾਬ ਚਲੋ ਯਾਰ ਠੀਕ ਹੈ, ਬਲੌਗ ਦੀ ਆਪਾਂ ਐਂਡਿੰਗ ਕਰਦੇ। ਬਾਕੀ ਯਾਰ ਚੈਨਲ ਨਵਾਂ ਇਸ ਲਈ ਨਾ ਸ਼ੇਅਰ ਕਰ ਦਿਆ ਕਰੋ ਕਿਉਂਕਿ ਨਵੇਂ ਨਵੇਂ ਚੈਨਲ ਨੂੰ ਗਰੋ ਹੋਣ ਲਈ ਥੋੜੀ ਲੋੜ ਹੁੰਦੀ ਹੈ। ਹਾਂ ਚਲੋ ਠੀਕ ਹੈ, ਐਂਡਿੰਗ ਕਰ ਦੇ ਤੇ ਯਾਰ ਚੈਨਲ ਨਵਾਂ ਇਸ ਲਈ ਸ਼ੇਅਰ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਆ ਕਰੋ ਯਾਰ, ਆਪਣੇ ਆਲੇ ਦੁਆਲੇ ਸੱਜਣਾ ਮਿੱਤਰਾਂ ਨੂੰ ਦਿਖਾਇਆ ਕਰੋ, ਇੱਦਾਂ ਸਾਡਾ ਚੈਨਲ ਗਰੋ ਕਰੂ। ਤੇ ਜੇ ਸਾਡਾ ਚੈਨਲ ਗਰੋ ਕਰੂਗਾ ਅਸੀਂ ਫਿਰ ਨਾ ਵਧੀਆ ਤੋਂ ਵਧੀਆ ਵਲੌਗ ਬਣਾਵਾਂਗੇ, ਨਵੀਆਂ ਥਾਵਾਂ 'ਤੇ ਜਾਵਾਂਗੇ, ਐਕਸਪਲੋਰ ਕਰਾਂਗੇ ਕਿਉਂਕਿ ਯਾਰ ਸਾਨੂੰ ਇਹਦਾ ਵਧੀਆ ਲੱਗਦਾ, ਨਵੀਆਂ ਨਵੀਆਂ ਥਾਵਾਂ 'ਤੇ ਜਾਣਾ, ਨਵੀਆਂ ਨਵੀਆਂ ਚੀਜ਼ਾਂ ਕਰਨੀਆਂ, ਹੈ ਨਾ, ਦੇਖਣਾ ਨਵਾਂ ਨਵਾਂ ਕੁਛ, ਨਵੀਆਂ ਨਵੀਆਂ ਥਾਵਾਂ ਦੇਖਣੀਆਂ, ਅਤੇ ਆਪਾਂ ਸਾਰਾ ਕੁਛ ਕਰਾਂਗੇ ਯਾਰ। ਤੇ ਚਲੋ ਠੀਕ ਆ, ਹੁਣ ਆਪਾਂ ਮਿਲਦੇ ਹਾਂ ਕਿਤੋਂ ਅਗਲੇ ਬਲੌਗ ਦੇ ਵਿੱਚ, ਇਹ ਬਲੌਗ ਕੱਲ੍ਹ ਸ਼ਾਮ ਨੂੰ ਆਜੂਗਾ ਪੂਰੇ 8 ਵਜੇ। ਚਲੋ ਠੀਕ ਹੈ, ਓਕੇ ਬਾਏ। ਤੇ ਜਿੱਦਾਂ ਕਿ ਅਸੀਂ ਦੱਸਦੇ ਸੀਗੇ ਨਾ ਕਿ ਮਾਮੇ ਦਾ ਵਿਆਹ ਆ ਤੇ ਇਸ ਲਈ ਮੰਮੀ ਦੇਖਦੇ ਪਏ ਸੂਟ ਪਾ ਕੇ, ਬਾਕੀ ਇਹ ਮੰਮਾ ਨੇ ਸਾਡੇ ਵਿਆਹ ਨੂੰ ਪਾਇਆ ਸੀਗਾ, ਹੁਣ ਮੰਮੀ ਦਾ ਟਾਈਟ ਹੋ ਗਿਆ, ਮੰਮੀ ਪਤਲੇ ਸੀ ਤੇ ਮੰਮੀ ਉਦੋਂ ਤਾਂ ਦਸਤਾਰ ਸਜਾਉਣਗੇ, ਤਾਂ ਚੱਲ ਵੈਸੇ ਪਾ ਕੇ ਦੇਖਦੇ ਆ
ਤੇ ਚਲੋ ਠੀਕ ਹੈ ਯਾਰ ਆਪਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਇਹ ਹੁਣ ਆਪਾਂ ਵਲੌਗ ਬੰਦ ਕਰਕੇ ਤੁਹਾਨੂੰ ਕਿੰਨੀ ਵਾਰ ਕਹਿਤਾ ਐਂਡਿੰਗ ਕਰਦੇ ਐਂਡਿੰਗ ਕਰਦੇ ਹੁਣ ਪੱਕੀ ਐਂਡਿੰਗ ਕਰ ਚਲੋ ਹੈਲੋ ਐਵਰੀਬਾਡੀ ਹੁਣ ਮੇਰੇ ਬ੍ਰਦਰ ਦਾ ਵਿਆਹ ਆ ਜਾਣਾ ਆ ਅਸੀਂ ਵਿਆਹ ਦੀਆਂ ਤਿਆਰੀਆਂ ਕਰਦੇ ਆ ਅਮਰਤ ਦੇ ਵਿਆਹ ਤੇ ਮੈਂ ਡਰੈਸ ਪਾਈ ਸੀ ਉਸ ਟਾਈਮ ਮੈਂ ਥੋੜੀ ਪਤਲੀ ਸੀ ਹੁਣ ਮੈਂ ਮੋਟੀ ਹੋ ਗਈ ਦੇਖੋ ਪਰ ਇਹ ਡਰੈਸ ਮੇਰੀ ਬਹੁਤ ਫੇਵਰਟ ਆ ਪਰ ਮੈਂ ਪਾਉਂਗੀ ਇਹ ਡਰੈਸ ਬਾਏ ਐਵਰੀਬਾਡੀ ਤੇ ਐਵਰੀਬਾਡੀ ਐਵਰੀਬਾਡੀ ਦੀ ਹੀ ਡਰੈਸ ਹੁਣ चलो ठीक है यार हम आप ब्लॉग की एंडिंग करते हैं मिलते हैं अगले ब्लॉग के तब तक लिए सारे बाय बाय यार इस चाह करके ना साड़ी अज बड़ी बहस हुई